ਅੱਜ ਅਸੀਂ ਬਣਾਵਾਂਗੇ ਅਲਸੀ ਦੀਆਂ ਪਿੰਨੀਆਂ ਬੜੇ ਸੌਖੇ ਤਰੀਕੇ ਨਾਲ ਦੱਸਾਂਗੀ ਕਿ ਇਸ ਤਰ੍ਹਾਂ ਅਸੀਂ ਅਲਸੀ ਦੀਆਂ ਪਿੰਨੀਆਂ ਘਰ ਬਣਾ ਸਕਦੇ ਹਾਂ ਜੇ ਤੁਹਾਨੂੰ ਮੇਰੀ ਵੀਡੀਓਜ਼ ਪਸੰਦ ਆਉਂਦੀਆਂ ਨੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਚਲੋ ਬਣਾਉਨੇ ਆ ਅਲਸੀ ਦੀਆਂ ਪਿੰਨੀਆਂ ਅਲਸੀ ਦੀਆਂ ਪਿੰਨੀਆਂ ਬਣਾਉਣ ਵਾਸਤੇ ਅਸੀਂ 1 ਕਿਲੋ ਅਲਸੀ ਲਿੱਤੀ ਹੈ ਤੇ ਇਹ ਮੈਂ ਸਾਬਤ ਅਲਸੀ ਲਈ ਹੈ ਇਸ ਨੂੰ ਕੜਾਈ ਵਿੱਚ ਪਾ ਲਿਆ ਤੇ ਹੁਣ ਅਸੀਂ ਇਸ ਅਲਸੀ ਨੂੰ ਭੁੰਨ ਲਵਾਂਗੇ ਚੰਗੇ ਤਰੀਕੇ ਦੇ ਨਾਲ ਅਲਸੀ ਨੂੰ ਪੁੰਨਣ ਵਾਸਤੇ 10 ਤੋਂ 12 ਮਿੰਟ ਲੱਗ ਜਾਂਦੇ ਨੇ ਬੜੇ ਆਰਾਮ ਦੇ ਨਾਲ ਤੇ ਬਹੁਤ ਜ਼ਿਆਦਾ ਹਾਈ ਫਲੇਮ ਦੇ ਉੱਪਰ ਅਸੀਂ ਨਹੀਂ ਇਹਨੂੰ ਪੁੰਨ ਰਹੇ ਕਾਟ ਸੇਕ ਤੇ ਲੋ ਟੂ ਮੀਡੀਅਮ ਫਲੇਮ ਦੇ ਉੱਪਰ ਅਸੀਂ ਇਹਨੂੰ ਪੁੰਨਾਂਗੇ ਤੇ ਜਦੋਂ ਸਾਡੀ ਅਲਸੀ ਪੁੱਜ ਜਾਂਦੀ ਹੈ ਤੇ ਉਹਦੇ ਚੋਂ ਆਵਾਜ਼ ਆਉਣ ਲੱਗ ਪੈਂਦੀ ਤੜਕੰਦੀ ਤਾਂ ਹਨ ਹੁਣੇ ਦਿਖਾਨੀ ਹੈ ਜਦੋਂ ਇਸ ਤਰੀਕੇ ਨਾਲ ਆਵਾਜ਼ ਆਉਣ ਲੱਗ ਪਵੇ ਤਾਂ ਮਤਲਬ ਜਿਹੜੀ ਅਲਸੀ ਉਹ ਪੁੱਜ ਗਈ ਹੈ ਅਸੀਂ ਇਹਨੂੰ 2 ਮਿੰਟ ਵਾਸਤੇ ਹੋਰ ਪੁੰਨਾਂਗੇ ਫਿਰ ਇਹਨੂੰ ਅਸੀਂ ਉਤਾਰ ਲਵਾਂਗੇ ਗੈਸ ਤੋਂ ਤੇ ਠੰਡੀ ਕਰਨ ਵਾਸਤੇ ਇੱਕ ਸਾਈਡ ਤੇ ਰੱਖ ਦਵਾਂਗੇ ਦੇਖੋ ਬਿਲਕੁਲ ਚੰਗੀ ਤਰ੍ਹਾਂ ਪੁੱਜ ਗਈ ਹੈ ਤੇ ਨੂੰ ਮੈਂ ਕਾਲ ਕੇ ਦੂਸਰੇ ਬਰਤਨ ਦੇ ਵਿੱਚ ਰੱਖ ਲਵਾਂਗੀ ਤੇ ਨੂੰ ਸੀ ਠੰਡੀ ਕਰ ਲਵਾਂਗੇ ਤੇ ਠੰਡੀ ਕਰਨ ਤੋਂ ਬਾਅਦ ਇਸ ਨੂੰ ਪੀਸ ਲਵਾਂਗੇ ਗ੍ਰਾਈਂਡਰ ਦੇ ਵਿੱਚ ਸੋ ਪਹਿਲਾਂ ਕਾਲ ਦਿੰਨੇ ਆ ਤੇ ਫਿਰ ਮੈਨੂੰ ਗ੍ਰਾਈਂਡ ਕਰਕੇ ਇੱਕ ਸਾਈਡ ਤੇ ਰੱਖ ਲਵਾਂਗੀ ਅਲਸੀ ਪੁੰਨਣ ਤੋਂ ਬਾਅਦ ਅਸੀਂ ਇਹ ਦੇ ਵਿੱਚ 500 ਗ੍ਰਾਮ ਆਟਾ ਲਿਆ ਤੇ ਅਸੀਂ ਆਟੇ ਨੂੰ ਵੀ ਭੁੰਨ ਲਵਾਂਗੇ ਚੰਗੀ ਤਰ੍ਹਾਂ ਕੱਢ ਸੇਕ ਦੇ ਉੱਪਰ ਪੁੰਨਾਂਗੇ ਬਹੁਤ ਜ਼ਿਆਦਾ ਤੇਜ਼ ਸੇਕ ਦੇ ਉੱਪਰ ਪੁੰਨਾਂਗੇ ਤਾਂ ਜਿਹੜਾ ਆਟਾ ਉਹ ਜਲਦੀ ਸੜ ਜਾਏਗਾ ਤੇ ਥੋੜਾ ਜਿਹਾ ਆਟਾ ਸਾਈਡ ਤੇ ਰੱਖ ਲਵੋ ਤੇ ਜਦੋਂ ਦਾ ਕਲਰ ਚੇਂਜ ਹੋਏਗਾ ਸਾਨੂੰ ਕੰਪੇਅਰ ਕਰਕੇ ਪਤਾ ਲੱਗ ਜਾਏਗਾ ਕਿ ਸੜਾ ਆਟਾ ਪੁੱਜ ਗਿਆ ਇਹ ਦੇਖੋ ਆਟੇ ਦਾ ਰੰਗ ਜਿਹੜਾ ਬਦਲ ਗਿਆ 10 ਮਿੰਟ ਲੱਗੇ ਨੇ ਤੇ ਆਟਾ ਬਿਲਕੁਲ ਪੁੱਜ ਕੇ ਤਿਆਰ ਹੋ ਗਿਆ ਇਹਨੂੰ ਵੀ ਕੱਢ ਕੇ ਇੱਕ ਸਾਈਡ ਤੇ ਰੱਖ ਲਵਾਂਗੇ ਅਸੀਂ 1 ਕਿਲੋ ਅਲਸੀ ਲਈ ਸੀ ਤੇ ਉਹਦੇ ਵਿੱਚ 500 ਗ੍ਰਾਮ ਅਸੀਂ ਆਟਾ ਲਿਆ ਹੈ ਇਨੋਂ ਵੀ ਕਾੜੀ ਕੇ ਤੇ ਇੱਕ ਸਾਈਡ ਦੇ ਉੱਪਰ ਰੱਖ ਦਿੰਨੇ ਆ। ਦੇਖੋ ਆٹے ਦਾ ਰੰਗ ਕਿੰਨਾ ਬਦਲ ਗਿਆ ਹੈ। ਪੁੱਜੇ ਹੋਏ ਆٹے ਦਾ ਤੇ ਸਿੰਪਲ ਆٹے ਦਾ ਫਰਕ। ਹੁਣ ਅਸੀਂ ਪਾਣੀ ਲੇਤਾ ਹੈ ਅੱਧੇ ਗਲਾਸ ਤੋਂ ਵੀ ਘੱਟ ਤੇ ਇਹਦੇ ਵਿੱਚ ਅਸੀਂ ਸ਼ੱਕਰ ਪਾ ਦਵਾਂਗੇ ਜਾਂ ਤੁਸੀਂ ਗੁੜ੍ਹ ਵੀ ਪਾ ਸਕਦੇ ਹੋ। ਸੋ ਇੱਥੇ ਅਸੀਂ 500 ਗ੍ਰਾਮ ਸ਼ੱਕਰ ਦਾ ਇਸਤੇਮਾਲ ਕੀਤਾ ਹੈ। ਤੇ ਇਹਨੂੰ ਚੰਗੀ ਤਰ੍ਹਾਂ ਘੁਲਣ ਦਵਾਂਗੇ। ਜੇ ਤੁਹਾਡੇ ਕੋਲ ਸ਼ੱਕਰ ਨਹੀਂ ਹੈ ਕਿ ਸ਼ੱਕਰ ਨਹੀਂ ਮਿਲਦੀ ਫਿਰ ਤੁਸੀਂ ਗੁੜ੍ਹ ਦਾ ਇਸਤੇਮਾਲ ਕਰ ਸਕਦੇ ਹੋ। ਥੱਲੇ ਫਲੇਮ ਜਿਹੜਾ ਉਹ ਮੀਡੀਅਮ ਤੋਂ ਲੋ ਦੇ ਉੱਪਰ ਹੈਗਾ ਥੋੜੀ ਦੇਰ ਵਿੱਚ ਜਿਹੜਾ ਗੁੜ ਹੈ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਘੁਲ ਜਾਏਗਾ ਇਸ ਨੂੰ ਮਿਕਸ ਹੋਣ ਤੇ ਜ਼ਿਆਦਾ ਟਾਈਮ ਨਹੀਂ ਲੱਗਦਾ ਇਹ ਦੇਖੋ ਗੁੜ ਜਿਹੜਾ ਸ਼ੱਕਰ ਅਸੀਂ ਪਾਈ ਸੀ ਉਹ ਚੰਗੀ ਤਰ੍ਹਾਂ ਮੈਲਟ ਹੋ ਗਈ ਹੈ ਘੁਲ ਗਈ ਤੇ ਦੇ ਵਿੱਚ ਇੱਕ ਬਾਲਾ ਆ ਗਿਆ ਹੈ ਇਹ ਲੱجن ਲੱਗ ਪਈ ਹੈ ਤੇ ਹੁਣ ਇਹਦੇ ਵਿੱਚ ਅਸੀਂ ਦੇਸੀ ਘਿਓ ਪਾ ਦਵਾਂਗੇ 250 ਗ੍ਰਾਮ ਦੇ ਕਰੀਬਨ ਹੈਗਾ ਇਹਦੇ ਵਿੱਚ ਜ਼ਿਆਦਾ ਘਿਓ ਪਾਉਣ ਦੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਅਲਸੀ ਦੇ ਵਿੱਚ ਆਪਨਾ ਵੀ ਤੇਲ ਹੁੰਦਾ ਹੈ ਤੇ ਇਸ ਕਰਕੇ ਜ਼ਿਆਦਾ ਘਿਓ ਨਹੀਂ ਪਾਉਣ ਦੀ ਜ਼ਰੂਰਤ ਪਈ ਹੁਣ ਇਹਦੇ ਵਿੱਚ ਮੈਂ 500 ਗ੍ਰਾਮ ਖੋਇਆ ਪਾ ਰਹੀ ਹਾਂ ਤੇ ਇਹਨੂੰ ਵੀ ਪਾ ਕੇ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਇਹ ਕਿਸੇ ਵੀ ਹਲਵਾਈ ਦੀ ਦੁਕਾਨ ਤੋਂ ਤੁਹਾਨੂੰ ਮਿਲ ਜਾਏਗਾ ਇਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ। ਇਹ ਦੇਖੋ। ਸੜਕ ਹੋਇਆ ਜਿਹੜਾ ਉਹ ਚਾਸ਼ਨੀ ਦੇ ਵਿੱਚ ਮਿਕਸ ਹੋ ਗਿਆ ਤੇ ਹੁਣ ਜਿਹੜੀ ਅਸੀਂ ਅਲਸੀ ਤੇ ਆਟਾ ਰੱਖਿਆ ਸੀ ਉਹਨੂੰ ਮਿਕਸ ਕਰ ਲਵਾਂਗੇ ਦੋਨਾਂ ਚੀਜ਼ਾਂ ਨੂੰ ਤੇ ਹੌਲੀ-ਹੌਲੀ ਕਰਕੇ ਥੋੜਾ-ਥੋੜਾ ਕਰਕੇ ਇਸਦੇ ਵਿੱਚ ਪਾ ਦਵਾਂਗੇ। ਤੇ ਉਹਨਾਂ ਨੂੰ ਮਿਕਸ ਕਰ ਲਵਾਂਗੇ। ਸਾਰਾ ਮੈਂ ਇੱਕੋ ਸਾਥ ਨਹੀਂ ਪਾਇਆ। ਪਹਿਲਾਂ ਥੋੜਾ ਪਾਇਆ ਨੂੰ ਮਿਕਸ ਕੀਤਾ ਤੇ ਫਿਰ ਬਾਕੀ ਦਾ ਵੀ ਨਾਲ ਹੀ ਮਿਕਸ ਕਰ ਦਵਾਂਗੇ। ਅਲਸੀ ਤੇ ਆਟਾ ਦੋਨੋਂ ਅਸੀਂ ਦੇ ਵਿੱਚ ਮਿਕਸ ਕਰ ਦਿੱਤੇ ਨੇ ਜਿੰਨਾ ਵੀ ਸਮਾਨ ਅਸੀਂ ਅਲਸੀ ਦੀ ਪਿੰਨੀਆਂ ਬਣਾਉਣ ਵਾਸਤੇ ਯੂਜ਼ ਕੀਤਾ ਹੈ ਉਹ ਸਾਰਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈ ਤੁਸੀਂ ਉੱਥੇ ਜਾ ਕੇ ਚੈੱਕ ਕਰ ਸਕਦੇ ਹੋ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਹੁਣ ਮੈਂ ਇਹਦੇ ਵਿੱਚ ਡਰਾਈ ਫਰੂਟ ਪਾ ਰਹੀ ਹਾਂ ਤੁਸੀਂ ਆਪਣੀ ਮਰਜ਼ੀ ਦੇ ਨਾਲ ਜਿੰਨਾ ਜ਼ਿਆਦਾ ਡਰਾਈ ਫਰੂਟ ਪਾਉਣਾ ਚਾਹੁੰਦੇ ਹੋ ਪਾ ਸਕਦੇ ਹੋ ਤੇ ਨਾਲ ਹੀ ਮੈਂ ਥੋੜੀ ਖਸਖਾਸ ਇਹਦੇ ਵਿੱਚ ਪਾਈ ਹੈ ਉਹ ਤੁਸੀਂ ਪਾਣੀ ਹੋਵੇ ਤਾਂ ਪਾਓ ਨਹੀਂ ਤੇ ਕੱਲਾ ਡਰਾਈ ਫਰੂਟ ਪਾ ਕੇ ਵੀ ਇਸ ਨੂੰ ਬਣਾ ਸਕਦੇ ਹੋ ਤੇ ਇਹ ਸਾਡੀ ਅਲਸੀ ਦਾ ਜਿਹੜਾ ਅ ਸਾਰੇ ਸਮਾਨ ਉਹ ਤਿਆਰ ਹੋ ਗਿਆ ਹੁਣ ਅਸੀਂ ਦੇ ਪਿੰਨੀਆਂ ਬਣਾ ਕੇ ਰੱਖ ਲਵਾਂਗੇ ਪਿੰਨੀਆਂ ਦਾ ਸਾਈਜ਼ ਤੁਸੀਂ ਆਪਣੀ ਮਰਜ਼ੀ ਨਾਲ ਛੋਟਾ ਜਾਂ ਵੱਡਾ ਕਰ ਸਕਦੇ ਹੋ ਥੋੜਾ ਜਿਹਾ ਠੰਡਾ ਹੋਣ ਤੇ ਅਸੀਂ ਇਹਦੇ ਪਿੰਨੀਆਂ ਬਣਾ ਲਵਾਂਗੇ ਲੇਕਿਨ ਬਹੁਤ ਜ਼ਿਆਦਾ ਠੰਡਾ ਨਹੀਂ ਕਰਨਾ ਸੋ ਇਹ ਸੀ ਅੱਜ ਦੀ ਰੈਸিপি ਇਸ ਤਰ੍ਹਾਂ ਬਣਾ ਕੇ ਜ਼ਰੂਰ ਟਰਾਈ ਕਰਿਓ ਅਲਸੀ ਦੀ ਪਿੰਨੀਆਂ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲੋ